अपना ही चैनल जी, अज असी आए हैं जी 88-12L जी, ये बंगले तो खोले 88-12L जी। बाबा सदी साढ़े लेंदे पंजाब दे विच इन्हां दा बहुत नाम है जी, तो बड़ा अच्छा शौक है जी। तो जिवें लोकी कहिंदे ने सरदार सदीक हो गए या शेख सनैन हो गया, ठीक है, कबूतरां च उन्हां दा बड़ा रिजल्ट है, बड़ा नाँ है, ठीक है। इदा साढ़े बाबा सदी भी, साढ़ा ताया भी है, ये भी कबूतरबाजी च बाप कहलांदे ने जी। अलहमदुल्ला उम्र गुजर गई इन्हां दी, शौक करदे आ ते सारा बहुत अच्छा शौक करते पे ने जी। ते चलो तुहानू अज बाबे सदी नाल तारफ कराने जी। अस्सलाम वालेकुम। अच्छा ताया जी सुनाओ, ठीक ठाक हो जी? असीं आए हां तुहाडे कोल जी शौक करन, तुहाडे कोल पुछणियां गल्लां जी, किवें किवें तुसीं शौक कीता, कित्थों तुहानू शौक पिया, किवें कबूतर हासिल कीते, ते किस हिसाब नाल, किन्नी उम्र च पहली बाजी कदों उडाई जी? ਪਹਿਲੀ ਬਾਜੀ ਅਸੀਂ ਮੇਰਾ 94 ਉਡਾਈ ਸੀ। ਸਨ 94 ਜੀ? ਸਨ 94। ਅੱਛਾ ਜੀ, ਇਸ ਤੋਂ ਪਹਿਲਾਂ ਛੱਡਦੇ ਰਹੇ? ਇਹਦੇ ਤੋਂ ਪਹਿਲਾਂ ਛੱਡਦੇ ਰਹੇ, ਇਹਨੂੰ ਛੱਡਦੇ ਰਹੇ ਸਨ 94 ਤੋਂ ਪਹਿਲੇ ਵੀ ਛੱਡਦੇ ਰਹੇ? ਹਾਂਜੀ, ਮੇਰੇ ਤਾਏ ਦਾ ਪੁੱਤ ਹੁੰਦਾ ਮੇਰੇ ਅੱਬੇ ਕੋਲੇ। ਅੱਛਾ ਜੀ। ਮੇਰੇ ਅੱਬੇ ਦੇ ਕਬੂਤਰ ਰੱਖੇ। ਅੱਛਾ ਜੀ। ਉਸ ਤੋਂ ਬਾਅਦ ਤਾਏ ਨੇ, ਤਾਏ ਦੇ ਪੁੱਤ ਨੇ ਰੱਖ ਲਿਆ। ਅੱਛਾ ਜੀ। ਉਸ ਤੋਂ ਬਾਅਦ ਮੈਂ ਰੱਖ ਲਿਆ ਜੀ। ਅੱਛਾ ਜੀ। ਇੰਨਾ ਹੁੰਦਾ ਹੈ ਮੈਂ। ਅੱਛਾ ਜੀ, ਇਹ ਵੇਖੋ ਜੀ, ਆ ਸਬੂਤ ਵੀ ਹੈ ਬਾਬੇ ਸਦੀ ਕੋਲ ਜੀ, ਠੀਕ ਹੈ, ਤਸਵੀਰ ਹੈ, ਛੋਟੇ ਜਿਹੇ ਹੁੰਦੇ ਇਹਨੇ ਕਬੂਤਰ ਰੱਖੇ ਨੇ। ਇਸ ਤਰ੍ਹਾਂ ਮਤਲਬ ਛੱਡਦਾ ਰਿਹਾ, ਠੀਕ ਹੈ, ਇੱਡਾ ਹੁੰਦਾ ਬਾਈ, ਇੱਦਾਂ ਐਡੇ ਹੁੰਦੇ ਬਾਜ਼ੀਆਂ ਛੱਡਦੇ ਰਹੇ। ਅਤੇ ਪਹਿਲੇ ਕਬੂਤਰ ਘਰ ਕਿਸੇ ਰੱਖੇ ਸੀ? ਅੱਬੇ ਨੇ ਰੱਖੇ ਸੀ। ਅੱਛਾ ਅੱਛਾ ਅੱਛਾ, ਵਾਲਾ ਸਾਹਿਬ ਨੇ ਬਾਬੇ ਸੁਲੇਮਾਨ ਕੋਲ ਲਿਆ, ਬਾਬੇ ਸੁਲੇਮਾਨ ਜੱਟ ਕੋਲ ਲਿਆਂਦੇ ਸੀ? ਅੱਛਾ ਅੱਛਾ, ਅਤੇ ਪਹਿਲੇ ਵਾਲਾ ਸਾਹਿਬ ਨੇ ਵੀ ਕਬੂਤਰ ਰੱਖੇ ਸੀ? ਤਾਏ ਦੇ ਪੁੱਤ ਨੇ ਰੱਖ ਲਿਆ, ਉਸ ਤੋਂ ਬਾਅਦ ਮੈਂ ਰੱਖ ਲਿਆ। ਤਾਏ ਦੇ ਪੁੱਤਰ ਨੇ ਰੱਖ ਲਿਆ, ਫਿਰ ਤੁਸੀਂ ਵੀ ਰੱਖ ਲਏ? ਠੀਕ ਹੋ। ਤਕਰੀਬਨ ਅੱਬੂ ਉਦੋਂ ਸੀਗਾ ਕੋਈ 10 ਸਾਲ ਤੋਂ 15 ਸਾਲ ਦਾ ਹੋਊਗਾ, ਉਧਰੋਂ ਆਇਆ ਇਹ 8-9 ਸਾਲ ਦਾ ਬੂਬਾ। ਅੱਛਾ ਜੀ। ਹਿੰਦੁਸਤਾਨ 47 ਉਸ ਤੋਂ ਬਾਅਦ ਫਿਰ ਇਹਨੇ ਐਡਾ ਕਸੀਦਾ ਮੁੰਡਾ ਨਹੀਂ ਆਹਾ, ਹਾਂਜੀ, ਐਡਾ ਹੁੰਦਾ ਕਬੂਤਰ, ਇਸ ਤੋਂ ਵੱਡਾ ਦੇਖਣਾ ਪਿਆ ਕਬੂਤਰ, ਕੁੱਕੜ, ਸਾਏ। ਅੱਛਾ ਜੀ। ਕੁੱਤੇ, ਬੁਲੀ। ਅੱਛਾ ਜੀ। ਤੇ ਜਦੋਂ ਉਧਰੋਂ ਇੰਡੀਆ 'ਚ ਆਏ ਸੀ, ਕਿਹੜੇ ਪਿੰਡ 'ਚ ਉੱਠ ਕੇ ਆਏ ਸੀ ਅਸੀਂ? ਹਾਂਜੀ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਜੀਰਾ, ਚੱਕ ਨੂਰਪੁਰ। ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਜੀਰਾ, ਅਤੇ ਚੱਕ ਨੂਰਪੁਰ। ਨੂਰਪੁਰ, ਠੀਕ ਹੋ ਗਿਆ ਜੀ। ਉੱਧਰੋਂ ਉੱਠ ਕੇ ਆਏ, ਇੱਥੇ ਆ ਕੇ ਕਬੂਤਰਾਂ ਦਾ ਸ਼ੌਕ ਇੱਥੇ ਆ ਕੇ ਸਟਾਰਟ ਕੀਤਾ? ਹਾਂ, ਅੱਬੂ ਨੇ ਕੀਤਾ, ਅੱਬੂ ਹੋਰਾਂ ਨੇ। ਤੁਹਾਡੀ ਪੈਦਾਇਸ਼ ਵੀ ਇੱਥੇ ਦੀ? ਮਾਸ਼ਾਅੱਲਾ ਜੀ। ਅਤੇ ਕਬੂਤਰ ਕਿੱਥੇ ਕਿੱਥੇ ਉਡਾਏ, ਜਿਹੜੀਆਂ ਤੁਹਾਡੀਆਂ ਮਸ਼ਹੂਰ ਮਸ਼ਹੂਰ ਬਾਜ਼ੀਆਂ ਨੇ, ਸ਼ੌਕ ਮਸ਼ਹੂਰ ਜਗ੍ਹਾ ਤੇ? ਜ਼ਿਆਦਾ ਇੱਥੇ ਉਡਾਏ ਆ ਅਤੇ 95 ਇਸ 88-12L 'ਚ ਉਡਾਏ ਨੇ? ਹਾਂ, ਛੋਟੀ 88-12L 'ਚ ਜ਼ਿਆਦਾ ਕਬੂਤਰ ਉਡਾਏ, ਤਾਂ 95-12L 'ਚ ਉਡਾਏ। ਕਿਉਂ, ਉਦੋਂ ਹੁੰਦੀ 200 ਦੀ ਬਾਜੀ, ਪਹਿਲੇ ਹੁੰਦੀ 50-50 ਦੀ। ਅੱਛਾ ਜੀ। ਫਿਰ 200 ਦੀ ਹੋ ਗਈ। ਅੱਛਾ ਜੀ। ਬਹੁਤ 500 ਦੀ। ਅੱਛਾ ਜੀ। ਫਿਰ ਸਾਡੀ ਹੋ ਗਈ 4-4 ਹਜ਼ਾਰ ਦੀ ਬਾਜੀ, ਅੱਜ ਤੋਂ 1994 'ਚ ਵੀ ਹੋ ਸਕਦੀ ਹੈ ਤਕਰੀਬਨ। ਅਖਬਾਰ ਦੀਆਂ ਬਾਜੀਆਂ ਥੋੜ੍ਹੇ ਨੇੜੇ ਵਾਲੇ। ਅੱਛਾ ਜੀ, 1994 'ਚ ਜਿਹੜੀਆਂ ਇੱਥੇ ਡਾਂਦੇ ਰਹੇ ਹੋ? ਇੱਥੇ ਤਾਂ ਉਸ ਤੋਂ ਪਹਿਲਾਂ ਉਡਾਉਂਦੇ, ਇੱਥੇ ਤਾਂ ਉਹਦੇ ਤੋਂ ਪਹਿਲੇ ਡਾਂਦੇ ਰਹੇ ਹੋ, ਅਤੇ ਕਿਹਦੇ ਨਾਲ ਬਾਜ਼ੀਆਂ ਪਈਆਂ? ਕੋਈ ਐਸਾ ਔਖਾ ਵਕਤ ਵੀ ਆਇਆ ਤੁਹਾਡੇ 'ਤੇ ਵੀ ਬਾਜ਼ੀਆਂ ਦੇ ਵਿੱਚ ਤੁਸੀਂ ਬਹੁਤ ਪਰੇਸ਼ਾਨੀ ਨਾਲ ਬਾਜ਼ੀ ਜਿੱਤੀ ਜਾਂ ਕਿਸ ਤਰ੍ਹਾਂ ਵੀ? ਜਿਹੜਾ ਤੁਹਾਡਾ ਇੱਕ ਬਾਜ਼ੀ ਆਪਾਂ ਡਾਂਦੇ ਹਾਂ ਤਾਂ ਬੜੇ ਆਪਾਂ ਪਰੇਸ਼ਾਨ? ਹਾਂਜੀ ਹਾਂਜੀ, ਪੈਰਾਂ 'ਚ ਵਧੇ ਕਈ ਵਾਰ, ਪੈਰਾਂ 'ਚ ਹਾਰ ਜੀ, ਜਿੱਤੇ ਵੀ ਆ, ਹਰੇ ਵੀ ਆ, ਸਾਰਾ ਕੁਛ। ਅੱਛਾ, ਅਤੇ ਨਾ ਸ਼ਾਗਿਰਦ ਕਿਹੜੇ ਕਰਦੇ ਜੇ ਅਸੀਂ? ਹਾਂਜੀ, ਉਸਤਾਦ, ਮੇਰਾ ਉਸਤਾਦ ਸੀਗਾ 94 'ਚ ਭੋਲਾ ਉਸਤਾਦ, ਉਹਦਾ ਉਸਤਾਦ ਸੀਗਾ ਮਤਲਬ ਬਾਬਾ ਅਨਸਾਰ, ਉਸਤਾਦ ਅਨਸਾਰ 95-12। ਅੱਛਾ, ਉਹਨਾਂ ਦੇ ਉਸਤਾਦ ਸੀਗੇ ਬਾਬਾ ਸੁਲੇਮਾਨ। ਉਹਨਾਂ ਦੇ ਉਸਤਾਦ ਅੱਗੂ ਬਾਬੇ ਸੁਲੇਮਾਨ ਸੀ, ਬਾਬੇ ਸੁਲੇਮਾਨ ਦਾ ਉਸਤਾਦ ਸੀ 94 ਵਾਲਾ ਭੋਲਾ ਅਨਸਾਰ। ਨਹੀਂ ਨਹੀਂ, ਹਾਂ ਉਹਦਾ ਉਸਤਾਦ ਮੇਰੇ ਦਾ ਮਮਦੀਨ ਦਾ, ਮਮਦੀਨ ਦਾ ਉਸਤਾਦ ਅਨਸਾਰ ਸੀ, ਅਨਸਾਰ ਦਾ ਉਸਤਾਦ ਸੀ, ਅੱਗੂ ਤੁਸੀਂ ਸ਼ਾਗਿਰਦ ਹੋ, ਠੀਕ ਹੋ ਗਿਆ ਜੀ।
ਤੇ ਮੈਨੂੰ ਜ਼ਿਆਦਾ ਮੋੜਾ ਮੋੜਨ ਦਾ ਵੱਲ ਉਸਤਾਦ ਅਨਸਾਰ ਨੇ ਸਿਖਾਇਆ। ਅੱਛਾ ਜੀ, ਵੱਡੇ ਉਸਤਾਦ ਨੇ। ਅੱਛਾ, ਜ਼ਿਆਦਾ ਮੋੜਾ ਦਾ ਵੱਲ ਦਾਦੇ ਉਸਤਾਦ ਨੇ ਸਿਖਾਇਆ। ਠੀਕ, ਉਸਤਾਦ ਕੋਲ ਤੁਸੀਂ ਘੱਟ ਹੀ ਪੁੱਛਿਆ ਦੱਸਿਆ। ਹਾਂਜੀ, ਠੀਕ ਹੋ ਗਿਆ ਜੀ। ਅਤੇ ਕਬੂਤਰ ਜਿਹੜੇ ਤੁਸੀਂ ਬਣਾਏ ਨੇ ਕਿਹੜਿਆਂ ਕਿਹੜਿਆਂ ਕਬੂਤਰਾਂ 'ਚੋਂ? ਅਤੇ ਪੁਰਾਣੇ ਕਬੂਤਰ? ਹਾਂਜੀ, ਜਿਹੜੇ ਪੁਰਾਣੇ ਕਬੂਤਰ ਨੇ ਕਿਹੜਿਆਂ ਕਿਹੜਿਆਂ ਕਬੂਤਰਾਂ 'ਚੋਂ ਨੇ? ਕਿਹੜੇ ਮਸ਼ਹੂਰ ਕਬੂਤਰ ਜਿਹੜੇ ਜਿਹੜੇ ਤੁਸੀਂ ਰੱਖੇ ਆ ਪੁਰਾਣੇ ਦੇ? ਬਸ ਇਸ ਤਰ੍ਹਾਂ ਹੀ ਕੋਈ ਬਾਬੇ ਸੁਲੇਮਾਨ ਦਾ ਫੜ ਲਿਆ, ਕੋਈ ਲੈ ਆਉਂਦਾ। ਕੋਈ ਬਾਬੇ ਸੁਲੇਮਾਨ ਦਾ ਫੜ ਲਿਆ, ਕੋਈ ਲੈ ਆਉਂਦਾ। ਠੀਕ ਹੈ, ਹੱਥੀ ਨਹੀਂ ਸੀ ਦਿੰਦੇ? ਹਾਂ, ਦਿੰਦੇ ਸੀ, ਬਾਬੇ ਮੇਰੇ ਦਿੰਦੇ ਸੀ। ਅੱਛਾ, ਤੁਹਾਨੂੰ ਨਹੀਂ ਸੀ ਦਿੰਦੇ? ਉਹ ਘੱਟ। ਅੱਛਾ ਅੱਛਾ, ਅਤੇ ਅੱਗੇ ਪਿੱਛੇ ਜਿਹੜੀਆਂ ਤੁਸੀਂ ਇੱਧਰ 86 ਵਾਲੀਆਂ ਬਾਜ਼ੀਆਂ ਉਡਾਉਂਦੇ ਤੇ ਬਾਜ਼ੀਆਂ ਤਾਂ ਬਹੁਤ ਉਡਾਈਆਂ ਸੀ। ਉਹ ਜਿਹੜੀਆਂ ਤੁਹਾਡੀਆਂ ਮਸ਼ਹੂਰ ਮਸ਼ਹੂਰ ਬਾਜ਼ੀਆਂ ਨੇ ਉਹ ਦੱਸੋ ਨਾ। ਉਦੋਂ ਬਾਜ਼ੀਆਂ ਹੁੰਦੀਆਂ ਸੀ ਇਸ ਤਰ੍ਹਾਂ ਹੀ, ਬਸ ਨਾ ਕਦੇ ਅਸੀਂ ਬਾਜ਼ੀਆਂ ਉਡਾਈ ਜਾ ਕੇ 12-15 ਹੁੰਦੇ ਸੀ। ਹਾਂਜੀ, ਬੰਗਲਾ ਜੰਡਿਆਲੀ। ਅੱਛਾ, ਮੇਰੇ ਉਹਦੇ ਮੋਟਰਸਾਈਕਲ ਉੱਥੇ। ਹਾਂਜੀ ਹਾਂਜੀ, 2-3 ਵਾਰ ਛੱਡੇ ਕਬੂਤਰ ਉੱਥੇ। ਅੱਛਾ ਜੀ, ਠੀਕ ਆ, ਉੱਥੇ ਹਰੇ ਹੀ ਆ। ਅੱਛਾ ਜੀ, ਛੱਡਦੇ ਰਹੇ। ਅੱਛਾ ਜੀ, ਫਿਰ ਕਾਰ ਦਾ ਪੁਆਇੰਟ ਹੋਇਆ, ਫਿਰ ਛੱਡਿਆ। ਅੱਛਾ, ਫਿਰ ਹਰੇ। ਅੱਛਾ ਜੀ, ਠੀਕ ਹੈ, ਛੱਡਦੇ ਰਹੇ ਜਾ ਕੇ ਉੱਥੇ ਕਾਰ ਬੋਲ। 17 'ਚ ਐਂਟਰੀ ਹੋਈ ਹੈ, 17-12 'ਚ। 17-12 'ਚ, ਹਾਂ, 1-2 ਵਾਰ ਆਖਰੀ ਕਬੂਤਰਾਂ ਨਾਲ ਗਏ। ਅੱਛਾ ਜੀ, ਕਿੰਨੇ ਕਬੂਤਰ ਉੱਡੇ 17-12 'ਚ? 47 ਉੱਡ ਜਾਂਦੇ। 47 ਉੱਡਦੇ ਸੀ, ਮੁੱਢ ਕਿੰਨਾ ਸੀ? ਪਤਾ ਨਹੀਂ, ਸਭ ਨੂੰ ਪਤਾ। ਮੈਂ 2000 2000 ਮੁੱਢ ਸੀ, 47 ਕਬੂਤਰ ਉੱਡੇ ਸੀ। ਉੱਥੇ ਕਿੰਨੀਆਂ ਬਾਜ਼ੀਆਂ ਤੁਸੀਂ ਛੱਡੀਆਂ? 5 ਬਾਜ਼ੀਆਂ। ਉਹਨਾਂ 'ਚੋਂ ਆਪਾਂ ਕਿੰਨੀਆਂ ਵਿਨ ਕੀਤੀਆਂ? ਕੋਈ ਨਹੀਂ, ਕੋਈ ਨਹੀਂ, ਸਾਰੀਆਂ ਆ ਰਹੀਆਂ। ਠੀਕ ਹੋ ਗਏ ਜੀ। ਐਂ ਵੇਖੋ ਜੀ ਦੋਸਤੋ, ਜਿਹੜੇ ਸਾਨੂੰ ਵੇਖਣ ਵਾਲੇ ਦੋਸਤ ਨੇ, ਵੇਖੋ ਕਿ ਗੱਲ ਝੂਠ ਨਹੀਂ ਮਾਰਦੇ। ਠੀਕ ਹੈ, ਜਿਹੜੀ ਗੱਲ ਜੈਨਮਨ ਨੂੰ ਜੈਨਮਨ ਹੀ ਕਰਨੀ ਹੈ। ਅਤੇ ਸੱਚ, ਅੱਜ ਕੱਲ੍ਹ ਯੂਟਿਊਬ 'ਤੇ ਬਹੁਤ ਝੂਠ ਚੱਲ ਰਿਹਾ ਜੀ, ਅਸੀਂ ਇੰਨੀਆਂ ਜਿੱਤੇ, 60 ਛੱਡੀਆਂ ਅਤੇ 60 ਦੀਆਂ 60 ਹੀ। ਨਹੀਂ, ਝੂਠ ਨਹੀਂ। ਠੀਕ, ਇਹ ਪੁਰਾਣਿਆਂ ਬੰਦਿਆਂ ਅਤੇ ਪੁਰਾਣੇ ਸ਼ਿਕਾਰੀਆਂ ਦੀਆਂ ਇਹ ਗੱਲਾਂ ਨੇ ਜੀ, ਜਿਹੜੀਆਂ ਬਾਜ਼ੀਆਂ ਜੈਨਮਨ ਛੱਡੀਆਂ ਨੇ, ਜੈਨਮਨ ਜਿੱਤੇ ਨੇ, ਉਹ ਦੱਸਣੀਆਂ ਜਿਹੜੀਆਂ ਆ ਰਹੀਆਂ, ਉਹ ਆ ਰਹੀਆਂ ਹੀ ਦੱਸਣੀਆਂ। ਠੀਕ ਹੈ, ਬਜ਼ੁਰਗਾਂ ਦਾ ਨੌਲੇਜ ਬਹੁਤ ਜ਼ਿਆਦਾ ਜੀ, ਅਤੇ ਤਕਰੀਬਨ ਸਾਨੂੰ ਵੀ ਹੁਣ 2-3 ਸਾਲ ਹੋ ਗਏ ਨੇ ਇਹਨਾਂ ਦਾ ਸ਼ੌਕ ਵੇਖਦੇ ਹਾਂ। ਇਸ ਇਲਾਕੇ 'ਚ ਤਕਰੀਬਨ ਬਹੁਤ ਜ਼ਿਆਦਾ ਸ਼ਾਗਿਰਦ ਨੇ ਜੀ। ਠੀਕ ਹੈ, ਨੱਬਾ ਵੱਡਾ ਹੋ ਗਿਆ, ਆਸੇ ਪਾਸੇ ਸਾਰੇ ਇਲਾਕੇ 'ਚ ਬਹੁਤ ਜ਼ਿਆਦਾ ਸ਼ਾਗਿਰਦ ਨੇ ਤਾਏ ਹੋਰਾਂ ਦੇ ਜੀ। ਅਤੇ ਮਾਸ਼ਾਅੱਲਾ, ਬੜੇ ਅੱਛੇ ਜਾਨਵਰ ਨੇ, ਪੁਰਾਣੇ ਕਬੂਤਰ ਇਹਨਾਂ ਕੋਲ ਵੀ ਆਏ ਨੇ। ਠੀਕ ਹੈ, ਅੱਗੋਂ ਉਹਨਾਂ ਦੇ ਬੱਚੇ ਬੁੱਚੇ ਵੀ ਕਢਾਏ ਨੇ, ਬਹੁਤ ਅੱਛੇ ਕਬੂਤਰ ਉਡਾਏ ਨੇ ਇਹਨਾਂ ਨੇ। 95 ਛੱਡਦੇ ਨੇ, 4000 ਦੀਆਂ ਪਾਈਆਂ, 2 ਘਟੇ ਸੀਗੇ। 95-12 ਸੀ ਜੀ। ਅੱਛਾ ਜੀ, ਅਤੇ 8 ਵਧੇ ਸੀ, 2 ਘਟੇ ਸੀ, 8 ਵਧੇ ਸੀ। ਠੀਕ ਹੋ ਗਿਆ, ਅਤੇ ਉਹ ਤੁਹਾਡੇ ਸ਼ਗਿਰਦ ਜਿਹੜੇ ਉੱਥੇ ਡਾਂਦੇ ਡੂੰਦੇ ਰਹੇ? ਮੇਰਾ ਮਸ਼ੇਰ ਸੀਗਾ ਅਕਬਾਲ। ਅਕਬਾਲ ਲੰਬੜਦਾਰ ਜਿਹੜਾ ਸੀ? ਨਹੀਂ ਨਹੀਂ, ਅਕਬਾਲ। ਅਕਬਾਲ, ਠੀਕ ਹੈ। ਕਬੂਤਰ ਇੱਥੋਂ ਤੁਸੀਂ ਬਣਾ ਕੇ ਲਾਉਂਦੇ ਸੀ? ਕਬੂਤਰ ਹੀ ਆਪਣੇ ਸੀ, ਇੱਥੇ ਆਪਣੇ ਘਰ ਦੇ ਕਬੂਤਰ ਉੱਥੇ? ਮੇਰਾ ਉਸਤਾਦ ਛੱਡਦਾ ਸੀ, ਮੈਂ ਵੀ ਨਾਲ ਹੁੰਦਾ ਹੈਗਾ। ਅੱਛਾ ਜੀ, ਉਸਤਾਦ ਛੱਡਦਾ। ਅੱਛਾ ਜੀ, ਅਤੇ ਇੱਕ ਤੁਸੀਂ ਕਿਸੇ ਵਕਤ 'ਚ ਸਾਨੂੰ ਜ਼ਿਕਰ ਕੀਤਾ ਸੀ ਕਿ ਮਲਕਾਂ ਵਾਲੀ ਵਿਹਾੜੀ, ਮਲਕ ਲਿਆਕਤ ਵਾਲੇ ਪਿੰਡ, ਸਰਦਾਰ ਦਾ ਸ਼ਹੀਦ ਹੈ ਮਲਕ ਲਿਆਕਤ ਹੈ। ਠੀਕ, ਉਹਦੇ ਪਿੰਡ ਤੁਸੀਂ ਇੱਕ ਕਬੂਤਰ ਜਾ ਕੇ ਛੱਡਿਆ, ਤੁਹਾਡੇ ਦਾਦੇ ਉਸਤਾਦ ਨੇ ਤੁਹਾਨੂੰ ਆਖਿਆ ਸੀ, ਉਹ ਕਿਵੇਂ ਕਿਵੇਂ ਗੱਲ ਹੋਈ ਉਹ ਸਾਨੂੰ ਦੱਸੋ। ਉਹ ਮਲਕ ਲਿਆਕਤ ਨਾਲ ਬਾਈਆਂ ਪਈਆਂ ਸੀਗੀਆਂ। ਅੱਛਾ ਜੀ, ਮੁੜ ਕੇ ਹਟ ਗਈਆਂ। ਅੱਛਾ ਜੀ, ਉਸਤਾਦ ਅਨੁਸਾਰ ਕਹਿੰਦਾ ਕਿ ਤੁਸੀਂ ਬਾਈ ਛੱਡੋ ਮੇਰੇ ਥਾਂ 'ਤੇ, ਸਾਡਾ ਉਸਤਾਦ ਜੋ ਸੀਗਾ। ਹਾਂਜੀ, ਮੰਗਾਦੀਆਂ ਬਾਈਆਂ ਮਿਲਦੇ ਤੇ, ਭਾਵੇਂ ਲਿਆਕਤੜੇ ਪਿੰਡ ਦੇ ਦੇ। ਹਾਂਜੀ, ਭਾਵੇਂ ਜਨਮਲੇ ਪਿੰਡ ਦੀਆਂ। ਅੱਛਾ ਜੀ, ਫਿਰ ਬੰਦੇ ਫਿਰ ਮੁੱਖੀ ਬਲੋਚ 'ਚ ਰਸ ਛਗਿਰ ਦੇ। ਮੁੱਖੀ ਬਲੋਚ 26 ਦਾ ਕਿ 28 ਦਾ ਸੀ? 24 ਦਾ। 24 ਦਾ ਸੀ ਮੁੱਖੀ ਬਲੋਚ। ਠੀਕ ਹੋ ਗਿਆ, ਉਹ ਸੀ ਛਗਿਰ ਦੇ ਰਸ 20 ਸੀਗਾ ਕਬੂਤਰ। ਅੱਛਾ ਜੀ, 95-15 ਦਾ ਆਪਣਾ, 50-15 ਦਾ, 50-15 ਦਾ। ਬੰਦੇ ਬੰਦੇ ਪੈਰ ਦੇ ਫਿਰ ਉਹਨੇ ਬਾਜ਼ੀਆਂ ਹਟਾ ਦਿੱਤੀਆਂ। ਹਾਂਜੀ, 20 ਕੱਢੀਆਂ। ਅੱਛਾ ਜੀ, ਜਿਹੜੇ ਤੁਸੀਂ ਉੱਥੇ 95 ਬਹੁਤ ਜ਼ਿਆਦਾ ਜਿੱਤੇ? ਅੱਛਾ ਅੱਛਾ ਜੀ, 95 ਬਹੁਤ ਜ਼ਿਆਦਾ ਜਿੱਤੇ ਹੈਗੇ ਆ। ਅਤੇ ਇੱਕ ਵਾਰ ਸਟਾਪ ਕਰੋ, ਤੁਸੀਂ ਛੱਡੀ ਪੈਂਟ ਜੀ? ਕਿੰਨੇ ਕਬੂਤਰ ਉੱਡੇ? ਪੈਂਟ ਜੀ ਉੱਡੇ 2 ਕਬੂਤਰ, 86 ਨੀ ਤੁਹਾਡੇ ਉੱਡੇ ਵਾਲੀ? ਹਾਂਜੀ, ਇਹ ਸਾਰਾ ਪਿੰਡ ਹੀ ਆ ਗਿਆ ਮੇਰੇ ਕੋਲ। ਅੱਛਾ, 66 ਦਾ ਸੀ ਕਿਤੇ, ਉਹਦੇ ਨਾਲ ਬਾਜੀਆਂ ਸੀ। ਅੱਛਾ, 66-12? 66-12। ਅੱਛਾ ਜੀ, ਇਹ ਮੈਨੂੰ ਮਿਲਿਆ ਵਿਗਾੜ ਕੇ, 86 ਛੋਟੀ ਵਾਲੇ ਅਸਲਮ ਰਾਣੀ ਸਾਰੇ ਜਿੰਨੇ ਵੀ ਟੋਟਲ ਇਹ। ਹਾਂਜੀ ਹਾਂਜੀ, ਅਤੇ ਬਾਜੀ ਸੀ 65-12? 65-12 'ਚ ਬਾਜੀ ਸੀ, ਇਹ ਸਾਰਿਆਂ ਮੰਗਾ ਕੇ ਤੁਹਾਨੂੰ ਉੱਥੇ ਲੈ ਵਿਗਾੜ ਕੇ ਲਗਾਇਆ ਸੀ। ਅੱਛਾ ਜੀ, ਛੱਡੀ ਸੀ ਬਰਲੀ ਕਬੂਤਰੀ। ਅੱਛਾ ਜੀ, ਕਿਤੇ 12-1 ਗਈ ਸੀ ਜਿਹਨਾਂ ਕਰ 5 ਬੈਠੀ। ਅੱਛਾ, ਤੁਸੀਂ ਬਰੜੀ ਕਬੂਤਰੀ ਛੱਡੀ ਸੀ, 12 ਜਿੱਤ ਗਈ, 5 ਬੈਠੀ, ਕਿੰਨੇ ਕਬੂਤਰ ਉੱਡੇ ਸੀ? 2 ਹੀ ਕਬੂਤਰ ਉੱਡੇ ਸੀ, ਕਹਿ ਰਹੇ। ਠੀਕ ਹੋ ਗਿਆ, ਹੋਰ ਕੋਈ ਕਿਧਰੇ ਬਾਜ਼ੀਆਂ? ਹਾਂ, 87 ਪੌੜੀਆਂ ਵਾਲੀ, 87 ਪੌੜੀਆਂ ਸਾਡਾ ਜਿੱਤੇ। ਅੱਛਾ, 88 ਵਧੇ। ਅੱਛਾ, ਲਾਲ ਜੀ ਨਾਲ ਪੱਠਾ ਸੀ, ਰਾਤ ਨੂੰ ਬੈਠਾ ਜੀ। ਅੱਛਾ ਜੀ, ਠੀਕ ਹੋ ਗਿਆ।
ਐਤਕੀ ਜਿਹੜੀਆਂ 88 ਬਾਜ਼ੀਆਂ ਤੁਸੀਂ ਉਡਾਈਆਂ ਨੇ, ਕਿੰਨੀਆਂ ਬਾਜ਼ੀਆਂ ਉੱਡੀਆਂ ਆਪਣੀਆਂ ਉੱਥੇ? 88 ਵੱਡੀ 'ਚ ਡੂੰਘੀ 86 ਵਾਲੀਆਂ ਜਿਹੜੀਆਂ ਇਹ ਉੱਡੀਆਂ ਜਨਾਬ 8 ਬਾਜ਼ੀਆਂ, 8 ਬਾਜ਼ੀਆਂ ਪੰਜ ਅਗਲੇ ਘਰ ਕੋਲ। ਹਾਂਜੀ, ਆਪਣਾ ਕਬੂਤਰ ਇੱਕ ਵਾਰ ਬਖਾਇਆ ਨਹੀਂ ਗਿਆ? ਹਾਂਜੀ, ਚਿੱਟੀ ਗਾਲੀ ਵਾਲਾ। ਹਾਂਜੀ, ਉੱਤੇ ਖਲੋਤਾ ਸੀ, ਸ਼ਾਮਿਲ ਨਹੀਂ ਹੋਇਆ, ਉੱਤੇ ਖੜਾ ਸੀ, ਸ਼ਾਮਿਲ ਨਹੀਂ ਹੋਇਆ। ਅੱਛਾ ਜੀ, ਉੱਥੋਂ ਹਰ ਗਏ? ਅੱਛਾ ਜੀ, ਇੱਕ ਕਬੂਤਰ ਭੱਜ ਕੇ ਦੂਏ ਪਿੰਡ ਚਲਾ ਗਿਆ। ਹਾਂਜੀ, ਉਹ ਬਾਜੀ ਆਪਾਂ ਹਰ ਗਏ। ਅੱਛਾ ਜੀ, ਠੀਕ ਹੈ ਜੀ। ਆਪਣੀਆਂ ਤਾਂ ਉਸ ਤਰ੍ਹਾਂ ਪੰਜ ਆ। ਹਾਂਜੀ, ਜੇ ਉੱਡ ਕੇ। ਹਾਂਜੀ, ਅਤੇ ਉਸ ਤਰ੍ਹਾਂ ਤਿੰਨ। ਅੱਛਾ, ਉੱਡ ਕੇ ਜੇ ਆਪਾਂ ਲਈਏ ਤਾਂ ਪੰਜ ਨੇ ਜੀ, ਅਤੇ ਜੇ ਜਿਹੜੀਆਂ ਕਲੀਅਰ ਆਪਾਂ ਜਿੱਤੇ ਹੋ ਤਿੰਨ ਜਿੱਤੇ ਆ ਜੀ, ਠੀਕ ਹੋ ਗਿਆ। ਅਤੇ ਟੋਟਲ ਬਾਜ਼ੀਆਂ 20 ਸੀ? 20 ਸੀ, ਬਕਾਇਆ ਬਾਜ਼ੀਆਂ ਭੱਜ ਗਏ, ਉਹਨਾਂ ਨਹੀਂ ਛੱਡੀਆਂ। ਠੀਕ ਹੋ ਜੀ। ਡੂੰਘੀ 86 ਜੀ, 20 ਬਾਜ਼ੀਆਂ ਟੋਟਲ ਸੀ, 5 ਬਾਜ਼ੀਆਂ, 3 ਬਾਜ਼ੀਆਂ ਕਲੀਅਰ ਹੋ ਕੇ ਜਿੱਤੇ ਆ, 2 ਬਾਜ਼ੀਆਂ ਜਿਹੜੇ ਉੱਤੇ ਕਬੂਤਰ ਰਹਿ ਗਏ ਸੀ ਉਹ ਰੌਲੇ ਦੇ ਵਿੱਚ ਸੀ, ਉਹ ਨਹੀਂ। ਠੀਕ ਹੈ, ਅਤੇ ਬਕਾਇਆ ਉਹ ਕਿੰਨੇ ਜਿੱਤੇ ਸੀ? 5 5 ਹੀ ਉਹ ਜਿੱਤੇ ਸੀ, 3 ਆਪਾਂ ਜਿੱਤੇ ਸੀ। ਠੀਕ ਹੈ, ਬਕਾਇਆ ਬਾਜ਼ੀਆਂ ਉਹਨਾਂ ਨਹੀਂ ਡਾਈਆਂ, ਅੱਗੋਂ ਭੱਜ ਗਏ ਸੀ। ਠੀਕ ਹੋ ਗਿਆ। ਅਤੇ ਜਿਹੜੀਆਂ ਤੁਸੀਂ 33-14 'ਚ ਕਬੂਤਰ ਛੱਡੇ ਸੀ ਮੋੜ ਕੇ, ਉਹ ਤੁਸੀਂ ਮੋੜ ਕੇ ਛੱਡੇ ਸੀ ਕਿ ਤੁਹਾਡੇ ਸ਼ਗਿਰਦ ਨੇ? ਮੈਂ ਛੱਡੇ। ਤੁਸੀਂ ਛੱਡੇ ਸੀ? ਦੋਵੇਂ ਵੱਧ ਗਏ ਸੀ। ਦੋਵੇਂ ਵੱਧ ਗਏ ਸੀ, ਉਹ ਸਾਡੇ ਕੋਲੋਂ ਵੀ ਵਧੇ ਸੀ। ਠੀਕ ਹੈ, ਮੈਨੂੰ ਉਹ ਨਹੀਂ ਸੀ ਪਤਾ ਤੁਸੀਂ ਤੁਹਾਡੇ ਉੱਥੇ ਉਸ ਦਿਨ ਜਿਹੜਾ ਨਾ 2 ਕਬੂਤਰ 33 'ਚ ਵੱਧ ਗਏ। ਹਾਂਜੀ, 2 93 'ਚ ਵੱਧ ਗਏ। ਅੱਛਾ, 93 ਵਾਲੇ ਵੀ ਛੱਡੇ ਉਸੇ ਦਿਨ? ਅੱਛਾ ਜੀ, ਅਤੇ 99 'ਚ ਵੱਧ ਗਏ। ਅੱਛਾ ਜੀ, ਅਤੇ ਬਾਬਾ ਸੁਲੇਮਾਨ ਕਿਸੇ ਦੀ ਕਬੂਤਰੀ ਆ, ਤੁਹਾਨੂੰ ਪਤਾ ਹੀ ਆ। ਹਾਂਜੀ ਹਾਂਜੀ, ਉਹ ਵੀ ਉਸੇ ਦਿਨ ਵਧੀ? ਉਹ ਵੀ ਉਸੇ ਦਿਨ ਬਿਲਕੁਲ ਵਧੀ ਸੀ। ਠੀਕ ਹੈ, ਸਾਰੇ ਕਬੂਤਰ ਇੱਕੋ ਰਾਤ ਨੂੰ ਛੱਡੇ ਸੀਗੇ, 14 ਕਬੂਤਰ। ਅੱਛਾ ਜੀ, ਜਿਹਨਾਂ ਦੇ ਵਿੱਚੋਂ ਕਬੂਤਰੀ ਇੱਕ ਹਰੀ ਮੋੜ 'ਚ ਜੀ, ਅਤੇ ਜਿੱਤੇ ਆ ਉਹ ਹਰੇ ਮੋੜ, ਇਸ ਤਰ੍ਹਾਂ ਮੋੜ ਦਾ ਰਿਜ਼ਲਟ ਬਹੁਤ ਚੰਗਾ ਰਿਹਾ। ਅੱਛਾ ਜੀ, ਸਾਰਿਆਂ ਤੋਂ? ਅੱਛਾ ਜੀ, ਇੱਕ ਪਿੰਡ 'ਚ 87 ਪੌੜੀਆਂ 'ਚ ਹਰੇ ਆ। ਅੱਛਾ ਜੀ, 88 ਵੱਡੇ ਵਧਣ ਲੱਗੇ 33-14 ਹਾਲ ਤੱਕ ਤੇਰੇ ਪਿੰਡ ਤੱਕ? ਹਾਂਜੀ, ਉੱਥੋਂ ਵਧਣ ਲੱਗੇ ਆ। ਠੀਕ ਹੈ, 33-14 ਹਾਲ ਤੋਂ ਵਧਣ ਲੱਗੇ ਤੇ ਸਾਰਿਆਂ ਪਿੰਡਾਂ ਜਿੰਨੇ ਕਬੂਤਰ ਉਦਣ ਰਾਤੀ ਬਣਾਏ ਸੀ ਮੋੜ 'ਚ, ਉਹ ਸਾਰੇ ਅੱਲਾ ਪਾਕ ਦਾ ਸ਼ੁਕਰ ਹੈ ਜਿੱਤੇ। ਇੱਕ ਹਰਿਆ, ਇੱਕ ਹਰਿਆ ਸੀ, ਬਾਕੀ ਸਾਰੇ 87 ਵਾਲੇ। 87 ਵਾਲੇ 86 'ਚ ਹਰ ਗਏ ਸੀਗੇ, ਪਹਿਲੇ ਦਿਨ ਕਬੂਤਰ ਛੱਡੇ ਕਬੂਤਰ ਪਹਿਲੇ ਦਿਨ। ਹਾਂਜੀ, ਉਹ ਹਰ ਗਏ ਸੀ। ਹਾਂਜੀ, ਜਿਹਨੇ 14 ਛੱਡੇ ਕਬੂਤਰ, ਹਾਂਜੀ, ਉਹਨਾਂ 'ਚ ਕੋਈ ਜਿੱਤ ਗਿਆ, ਕੋਈ ਹਰ ਗਿਆ। ਅੱਛਾ ਜੀ, ਜ਼ਿਆਦਾ ਉਹਦਾ ਰਿਜ਼ਲਟ ਉਸ ਦਿਨ ਹੋਇਆ ਕਿ ਜਿੱਤੇ ਹੀ ਨਾ। ਸਹੀ, ਅਤੇ ਜਿਹੜਾ ਬਾਬੇ ਸੁਲੇਮਾਨ ਦਾ ਕੁੜਮ ਸੀ, ਬਾਬਾ ਹੈਦਰ ਜੱਟ, ਠੀਕ ਹੈ, ਇਹਨਾਂ ਦਾ ਨਾਨਾ ਸੀ ਉਸਤਾਦਾ ਮੇਰੇ, ਨਿੱਕੇ ਹੋਰਾਂ ਦਾ ਨਾਨਾ ਸੀ, ਉਹਦੇ ਨਾਲ ਤੁਸੀਂ ਕੋਈ ਸ਼ੌਕ ਕੀਤਾ? ਨਹੀਂ ਨਹੀਂ। ਠੀਕ ਹੈ, ਜਦੋਂ ਬਾਬੇ ਦੀਆਂ ਅਤੇ ਬਾਬੇ ਹੈਦਰ ਦੀਆਂ ਬਾਜ਼ੀਆਂ ਹੋਈਆਂ ਸੀ ਬਾਬੇ ਸੁਲੇਮਾਨ ਜੱਟ ਦੀਆਂ, ਵੇਖੀਆਂ ਕੀ ਰਿਜ਼ਲਟ ਸੀ, ਕਿਹੜਾ ਚੰਗਾ ਕਬੂਤਰ ਡਾਕ ਹੈ ਇੱਥੇ ਬਾਬੇ ਸੁਲੇਮਾਨ ਘਰੇ? ਹਾਂਜੀ, ਬਾਬੇ ਸੁਲੇਮਾਨ ਨੇ ਆਪ ਉਡਾਈਆਂ ਕਬੂਤਰ ਭਾਈ ਸਾਰੀ ਕੀਤੀ। ਅੱਛਾ, ਬਾਬੇ ਸੁਲੇਮਾਨ ਜੱਟ ਨੇ ਤਾਂ ਆਪ ਉਡਾਈਆਂ ਨਾ, ਜਦੋਂ ਨਾਨੇ ਨਾਲ ਇਹਨਾਂ ਦੀ ਮੁਖਾਲਫਤ 'ਚ ਵੀ ਬਾਜ਼ੀਆਂ ਉੱਡਦੀਆਂ ਰਹੀਆਂ ਬਾਬੇ ਸੁਲੇਮਾਨ? ਹਾਂ, ਕਿਤੇ ਪਹਿਲੇ ਉੱਡਦੀਆਂ, ਪਹਿਲੇ ਤੁਹਾਨੂੰ ਨਹੀਂ ਪਤਾ ਉਹਨਾਂ ਦਾ। ਠੀਕ ਹੋ ਗਿਆ, ਕਿੰਨੇ ਮਿੰਟ ਦੀ ਵੀਡੀਓ ਹੋਈ? ਬੰਦ ਕਰ ਲਓ। ਲੁਹਾਰ ਨਾਲ ਬਾਜ਼ੀਆਂ ਪਈਆਂ ਸੀ, ਕਿਹੜੇ ਸੰਨ 'ਚ ਪਈਆਂ ਸੀ? ਸਾਨੂੰ ਹੁਣ ਯਾਰ ਯਾਰ ਦੇਸੀ ਬੰਦੇ ਆ। ਅੱਛਾ, ਚਲੋ ਠੀਕ ਹੋ ਗਿਆ, ਨਹੀਂ ਸਾਨੂੰ ਯਾਰ ਅੱਜ ਤੋਂ ਬਹੁਤ ਚਿਰ ਦੀ ਗੱਲ, ਬਾਬਾ ਸੁਲੇਮਾਨ ਬਿਲਕੁਲ ਠੀਕ ਸੀਗਾ। ਅੱਛਾ ਜੀ, ਉਹ ਕਿਵੇਂ ਹੁੰਦਾ ਸੀ ਬਾਬੇ? ਬਾਬਾ ਸੁਲੇਮਾਨ ਦਾ ਸੀ ਕਾਲਾ ਸਲੀਮ ਸੀ ਬੂਰੇ ਦਾ, ਕਾਲਾ ਸਲੀਮ ਬੂਰੇ ਦਾ, ਠੀਕ, ਉਹਦੇ ਕੋਲ ਚਲਾ ਗਿਆ, ਉੱਥੇ ਸ਼ੌਕ ਹੁੰਦਾ ਸੀ ਬੂਰੇ 'ਚ, ਬੂਰੇ 'ਚ ਬਹੁਤ ਜ਼ਿਆਦਾ ਸ਼ੌਕ, ਸਾਡੇ ਪਿੰਡਾਂ 'ਚ ਬਹੁਤ ਘੱਟ ਹੁੰਦਾ ਸੀ, ਕਿਤੇ 2-4 ਕਬੂਤਰ 10 ਉੱਡ ਪਏ ਹੋਏ ਨੇ। ਅੱਛਾ, ਤੁਹਾਡੀ ਗੱਲ ਟੋਕਨੇ ਆ, ਲੋਕੀ ਕਹਿੰਦੇ ਸੀ ਕਿ ਬਾਬਾ ਸੁਲੇਮਾਨ ਇੱਥੋਂ ਕਬੂਤਰ ਗੱਟੂ 'ਚ ਪਾਉਂਦਾ ਸੀ ਮਗਰ ਸੱਟਦਾ ਸੀ, ਅਤੇ ਜਿਹੜੇ ਪਿੰਡ ਜਾਂਦਾ ਸੀ ਉੱਥੇ ਕਬੂਤਰ ਛੱਡ ਕੇ, ਠੀਕ ਹੈ, ਵਾਰੀਆਂ 'ਚ ਵੀ ਛੱਡਣੇ, ਬਾਜ਼ੀ 'ਚ ਵੀ ਛੱਡਣੇ, ਅਤੇ ਗਾਂਹ ਗਾਂਹ ਟੁਰਿਆ ਜਾਣਾ? ਨਹੀਂ ਨਹੀਂ, ਉਹ ਪਾਉਂਦਾ ਸੀ ਪਿੰਜਰਿਆਂ 'ਚ। ਹਾਂਜੀ, ਚਰਖੜਾ, ਅੱਛਾ, ਚੌਰ ਸਤਰੀ, ਅੱਛਾ ਜੀ, ਕੁੰਡਲ ਹੁੰਦਾ ਸੀਗਾ, ਹਾਂਜੀ, ਜਿੱਦਾਂ ਲਾਲ ਕਹਿ ਲਓ। ਹਾਂਜੀ, ਠੀਕ ਹੈ, ਕੁੰਡਲ 'ਤੇ ਖੋਤੇ 'ਤੇ ਬਹਿ ਜਾਂਦਾ ਹੁੰਦਾ। ਅੱਛਾ ਜੀ, ਖੋਤੇ 'ਤੇ? ਖੋਤੇ, ਬਾਬਾ ਸੁਲੇਮਾਨ ਜੱਟ ਖੋਤੇ 'ਤੇ ਬਹਿ ਕੇ? ਬਿਲਕੁਲ, ਬੱਗੇ ਰੰਗ ਦਾ ਖੋਤਾ। ਠੀਕ ਹੈ, ਅੱਛਾ ਜੀ, ਸਫੈਦ ਜਿੱਦਾਂ ਖੋਤਾ, ਉੱਥੇ ਬਹਿਣਾ, ਝਾਂਗੀਆਂ ਨਾਲ, ਅੱਛਾ ਜੀ, ਅਤੇ ਬਾਂਸ ਵੀ ਨਾਲ ਹੀ ਉਹਦੇ ਲੈਣੇ, ਅੰਬੂ ਲੈਣੇ ਕਿਸੇ ਕੋਲੋਂ? ਹਾਂਜੀ, ਠੀਕ ਹੋ ਗਿਆ, ਨਾਲ ਤੁਰੇ ਫਿਰਨਾ। ਅੱਛਾ, ਉਹ ਕਬੂਤਰ ਜਾ ਕੇ ਲਾ ਕੇ ਛੱਡਦਾ। ਅੱਛਾ, ਪਹਿਲੇ ਬਾ ਕੇ ਫਿਰ ਛੱਡੇ? ਬਿਲਕੁਲ, ਬਾ ਕੇ। ਠੀਕ ਹੋ ਗਿਆ, ਅਤੇ ਜਿਹੜੀਆਂ ਲੁਹਾਰ ਦੀਆਂ ਬਾਜ਼ੀਆਂ ਤੁਸੀਂ ਕਹਿ ਰਹੇ ਸੀ, ਇਹ ਲੁਹਾਰ ਦੀਆਂ ਬਾਜ਼ੀਆਂ ਇੱਦਾਂ ਹੋਈਆਂ ਵੀ ਇਹ ਬਾਬਾ ਸੁਲੇਮਾਨ ਬੂਰੇ ਸੀ, ਬੂਰੇ ਸੀ ਸਲੀਮ ਕਾਲੇ ਕੋਲ? ਹਾਂਜੀ, ਸਲੀਮ ਕਾਲੇ। ਇਹ ਹੁੰਦਾ ਸੀ ਬਾਬਾ ਸੁਲੇਮਾਨ ਦਾ ਦੋਤਾ ਆਲਮ ਬੈਠਾ ਕਲਿਆਣੀ, ਉਹ। ਅੱਛਾ ਜੀ, ਉਹ ਅਰਥ ਦੇ ਪਹਿਲੇ? ਹਾਂਜੀ ਹਾਂਜੀ, ਕਲਿਆਣੀ। ਹਾਂਜੀ, ਉਹ ਇਹਦੇ ਕੋਲ ਹੁੰਦਾ ਸੀ ਮਾਮੇ ਕੋ ਭਾਣਜਾ। ਅੱਛਾ ਜੀ, ਠੀਕ, ਅੱਛਾ ਜੀ, ਆਲਮ ਬਾਬਾ ਸ਼ਫੀ ਕੋਲੇ? ਹਾਂਜੀ, ਬਾਬੇ ਸ਼ਫੀ ਦੇ ਘਰੇ। ਹਾਂਜੀ, ਉਹਨੇ ਪੁੱਠੇ ਪੁੱਠੇ ਲੈਣ ਜਾਣਾ ਨਾ ਬਾਹਰ। ਹਾਂਜੀ, ਲੁਹਾਰ ਨੇ ਕਹਿਣਾ ਛੱਡੋ ਬਾਜੀ, ਛੱਡੋ ਬਾਜੀ। ਅੱਛਾ, ਸਦੀਕ ਲੁਹਾਰ ਨੇ 88 ਵਾਲਿਆਂ ਦਾ? ਅੱਛਾ ਜੀ।
ਸ਼ਫੀ ਘਰੇ ਬੈਠਾ ਬਾਬਾ ਸੁਲੇਮਾਨ ਦਾ ਪੁੱਤ, ਉਹ ਆ ਕੇ ਭਾਣਜਾ ਰੋਈ ਪਿਆ। ਅੱਛਾ ਜੀ, ਉਹਦਾ ਮਾਮਾ ਵੀ ਦੁਆਰ ਤੇ ਮੈਨੂੰ ਤੰਗ ਕਰਦਾ ਡੇਲੀ, ਮੈਨੂੰ ਜਿੱਥੇ ਟੱਕਰਦਾ ਆਉਂਦਾ ਬਾਜ਼ੀਆਂ ਛੱਡ ਬਾਜ਼ੀਆਂ ਛੱਡ। ਅੱਛਾ, ਉਹਨੇ ਕਿਹਾ ਜਾ ਉਹਨੂੰ ਬੁਲਾ ਕੇ ਲਿਆ, ਕੋਲ ਕੋਲ ਘਰ ਸੀ ਜਿਵੇਂ ਇੱਧਰ ਹੋਵੇਗਾ ਉਹਦਾ ਘਰ ਤੇ ਬਾਬਾ ਸੁਲੇਮਾਨ ਦਾ ਘਰ ਤੇ ਲਹਿੰਦੇ ਬਣੇ ਉਹਦਾ ਘਰ, ਬਾਬੇ ਸ਼ਫੀ ਆਖਿਆ ਬੁਲਾ ਕੇ ਲਿਆ। ਹਾਂ ਬਾਬਾ ਸ਼ਫੀ। ਅੱਛਾ ਜੀ, ਬਾਬੇ ਸ਼ਫੀ ਆਖਿਆ ਬੁਲਾ ਕੇ ਲਿਆ। ਲਿਆਂਦਾ ਨੇ ਹਾਂ ਛੱਡਣਾ ਬਾਈ ਛੱਡਦਾ ਜੀ, ਸ਼ਫੀ ਨੂੰ ਤੱਕ ਹੀ ਛੱਡਣਾ ਬਾਈ ਛੱਡੂ। ਹਾਂਜੀ, ਅਗੇ ਹਾਂ ਮੈਂ ਛੱਡਦਾ। ਅੱਛਾ ਜੀ, ਉਹਦੇ ਨਾਲ ਵੀ ਪਾਰਟੀਆਂ ਹੈ ਸੀ, ਫਿਰ ਹੁੰਦੀਆਂ ਹੀ ਆ, ਬਾਬੇ ਸੁਲੇਮਾਨ ਦੇ ਮੁਖਾਲਫ ਵੀ ਲੋਕ ਹੈਗੇ ਸੀ। ਹਾਂਜੀ, ਸਦੀਕ ਲਵਾਰ ਨੇ ਆਖਿਆ ਜੀ ਮੈਂ ਛੱਡਣਾ, ਸਦੀ ਦਾ ਬਾਬੇ ਦਾ ਜ਼ੇਨ ਸੀ ਸ਼ਫੀ ਦਾ ਵੀ ਇਹਨਾਂ ਨਹੀਂ ਛੱਡਣਾ, ਇਹਨੇ ਭੱਜ ਜਾਣੀ ਆ। ਤੇ ਸਦੀਕ ਲਵਾਰ ਦਾ ਦਿਲ ਸੀ, ਉਹਨੂੰ ਪਿੱਛੋਂ ਸਪੋਰਟ ਪੂਰੀ ਸੀ, ਉਹਦਾ ਦਿਲ ਸੀ ਅਡਾਵਾਂ। ਹਾਂ, ਉਹਦੇ ਘਰ ਖੜੋ ਕੇ ਬਾਬੇ ਸੁਲੇਮਾਨ ਦੇ ਆਖਿਆ ਮੈਂ ਜਿੰਨੀ ਉਮਰ ਛੱਡ ਦੂੰ। ਹਾਂਜੀ, ਤੇ ਸ਼ਫੀ ਨੇ ਕਿਹਾ ਤਾਂ ਫਿਰ ਜਿੰਨੀਆਂ ਮਰਜ਼ੀ ਛੱਡ, ਬਾਜ਼ੀਆਂ ਹੱਥ ਖੜੇ ਕਰਾਉਣ ਤੇ ਮੁਕਸਰ। ਅੱਛਾ ਜੀ, ਤੇ ਬਾਜ਼ੀਆਂ ਛੱਡੀਆਂ, ਪੰਜ ਬਚਾ ਸ਼ਫੀ ਨੇ, ਸੁਲੇਮਾਨ ਦੇ ਪੁੱਤ ਨੇ। ਅੱਛਾ ਜੀ, ਪੰਜੇ ਹਰ ਗਏ। ਅੱਛਾ ਜੀ, ਲਵਾਰ ਜਿੱਤ ਗਿਆ। ਅੱਛਾ ਜੀ, ਫਿਰ ਬਾਬੇ ਨੂੰ ਜਾ ਕੇ ਮਨਾ ਕੇ ਲਿਆਏ ਪੂਰਿਓ। ਅੱਛਾ ਜੀ, ਬਾਬਾ ਨਾਰਾਜ਼ ਹੋ ਗਿਆ ਕਿ ਡੰਡਾ ਕਬੂਤਰ ਮੇਰਾ। ਅੱਛਾ ਜੀ, ਬਾਬਾ ਨਾ ਉਹ ਵੀ ਹਰ ਗਿਆ। ਉਹ ਲੰਡਾ ਕਿਹੜਾ ਸੀ ਜਿਹੜਾ ਉਹ ਰੋਡ ਖਾਂਦਾ ਤੁਸੀਂ ਅੱਗੇ ਦੱਸਿਆ? ਨਹੀਂ, ਉਹ ਕਬੂਤਰ ਫੜਦਾ ਹੈ ਰਾਸਤ ਲੰਬੜਦਾਰ ਨੇ ਛੱਡਿਆ, ਚੰਨ ਚਹਿਬਾ ਹੈਦਰ ਨੇ। ਅੱਛਾ, ਬਾਬੇ ਸੁਲੇਮਾਨ ਵਾਲਾ ਕਬੂਤਰਾਂ ਦੀ? ਬਿਲਕੁਲ। ਅੱਛਾ, ਉਹ ਹੈ ਰਾਸਤ ਲੰਬੜਦਾਰ ਸੀ 40-14 ਦਾ। ਅੱਛਾ ਜੀ, ਤੇ 3-14 ਚ ਉੱਡਿਆ, 40-14 ਚਲਾ ਗਿਆ, ਉੱਥੋਂ ਦੋ ਦੇ ਕੇ ਲੈਣ, ਉੱਥੋਂ ਦੋ ਦੇ ਕੇ ਵਾਪਸ ਲੈਣ ਦਾ। ਅੱਛਾ ਜੀ, ਉਹਦੇ ਚ ਸੁਲੇਮਾਨ ਘਰ ਰਿਹਾ ਉਹ। ਅੱਛਾ ਜੀ, ਉਹ ਵੀ ਹਰ ਗਿਆ ਕਿ ਉਹ ਵੀ ਹਰ ਗਿਆ? ਹਾਂ, ਬਾਬਾ ਸੁਲੇਮਾਨ ਉੱਥੋਂ ਕਾਲਾ ਸਲੀਮ ਹੀ ਆ ਗਿਆ। ਅੱਛਾ ਜੀ, ਜਿਹੜੇ ਕਬੂਤਰ ਚਾਰ ਸੀ ਜਾਂ ਜਿੱਦਾਂ ਵੀ ਸੀ ਉਹ ਉੱਥੇ ਬਹਿ ਗਏ। ਫਿਰ ਬਾਬਾ ਸੁਲੇਮਾਨ ਵੀ ਆ ਗਿਆ, ਕਾਲਾ ਸਲੀਮ ਪੂਰੇ ਵਾਲਾ ਵੀ ਆ ਗਿਆ, ਸਾਰੇ ਲੱਕੜ ਮੰਡੀ ਦੇ ਨਾਲ ਬਾਹਰ ਬਾਹਰ ਉਹਦਾ ਘਰ ਲੈਣ ਤੇ। ਹਾਂਜੀ, ਲੈਣਾ ਦੇ ਨਾਲ। ਠੀਕ ਆ। ਅੱਛਾ, ਉਹ ਆ ਗਿਆ ਫਿਰ ਬਾਜ਼ੀਆਂ ਉੱਡੀਆਂ ਜਾਂ ਵਿਸਾਖ ਤੋਂ ਲਾ ਕੇ ਆਉਂਦੀਆਂ ਸਾਉਣ ਭਾਦੋਂ ਤੱਕ। ਅੱਛਾ ਜੀ, ਰੋਜ਼ ਦੋ ਦੋ ਛੱਡਦੇ ਬਾਜ਼ੀ ਨੂੰ ਡੇਲੀ? ਰੋਜ਼ ਤਕਰੀਬਨ। ਅੱਛਾ ਜੀ, ਹਾਂ, ਕੋਈ 53 ਦੀ, ਕੋਈ ਪਿੰਡ ਦੀ, ਕੋਈ ਕਿਸੇ ਪਿੰਡ ਦੀ, ਜਿੱਥੇ ਦਿਲ ਕਰਨਾ ਉੱਥੇ ਕਹਿਣਾ, ਉੱਥੇ ਹੀ ਛੱਡ। ਲੁਹਾਰ ਵੀ ਸੌਖਾ ਸੀਗਾ। ਅੱਛਾ, ਲੁਹਾਰ ਜ਼ਿਆਦਾ ਬਾਜ਼ੀਆਂ ਹਰ ਗਿਆ, ਕੋਈ ਕਹਿੰਦਾ ਵੀ 20-30 ਚੋਂ ਕੋਈ 5-4 ਬਾਜ਼ੀਆਂ ਲੁਹਾਰ ਤੋਂ। ਸਦੀਕ ਲੁਹਾਰ 20-30 ਚੋਂ 5-4 ਬਾਜ਼ੀਆਂ ਜਿੱਤੀਆਂ, ਬਾਕੀ ਸਾਰੇ ਬਾਬਾ ਸੁਲੇਮਾਨ ਜੱਟ ਜਿੱਤ ਗਿਆ। ਅੱਛਾ ਜੀ, ਤੇ ਅਖੀਰ ਜੀ ਕਾਲੇ ਸਲੀਮ ਨੇ ਇਸ ਤਰ੍ਹਾਂ ਉਹਨੇ ਕਿਹਾ ਵੀ ਹਾਂ ਲੁਹਾਰ ਦੀਆਂ ਇੱਟਾਂ ਉੱਟਾਂ ਵੇਖੀਆਂ ਮੇਰੇ ਵੀ। ਅੱਛਾ ਜੀ, ਆ ਕੋਠੇ ਕੋਠੇ ਪਾਉਣ ਲੱਗਾ, ਜਿਹੜੇ ਘਰ ਦੇ ਮਕਾਨ ਸੀ ਕੋਠੇ ਪਾਉਣ ਲੱਗਾ ਸੀ, ਇੱਟਾਂ ਉੱਟਾਂ ਵੀ ਵੇਚ ਦਿੱਤੀਆਂ, ਬਾਜ਼ੀਆਂ ਤੇ ਲੱਗ ਗਏ, ਉਹ ਸ਼ਾਇਦ ਸੀ ਘਰ ਦੀ ਉਹ ਵੀ ਵੇਚ, ਸਭ ਵੇਚ ਗਈ। ਸਦੀਕ ਲਵਾਰ 88-12 ਆਂ, ਬਿਲਕੁਲ ਸਾਰੀ ਵੇਚ ਗਈ। ਤੇ ਅਖੀਰ ਉਹਨੇ ਕਿਹਾ ਨਾ ਮੈਂ ਮੇਰੇ ਹੱਥ ਖੜੇ। ਅੱਛਾ ਜੀ, ਸਦੀਕ ਨੇ ਹੱਥ ਖੜੇ ਕਰ ਦਿੱਤੇ। ਠੀਕ ਹੋ ਗਿਆ, ਮੈਂ ਨਹੀਂ ਛੱਡਦਾ। ਅੱਛਾ ਜੀ, ਤੇ ਬਾਜ਼ੀਆਂ ਬੰਦ ਕਰਤੀਆਂ ਬਾਬੇ ਸੁਲੇਮਾਨ ਨੇ? ਬਾਜ਼ੀਆਂ ਬੰਦ ਕਰਤੀਆਂ, ਕੋਈ ਦਾਵਤ ਬਾਜ਼ੀ ਨਹੀਂ ਕੀਤੀ। ਠੀਕ ਹੋ ਗਿਆ ਜੀ, ਠੀਕ ਹੋ ਗਿਆ ਜੀ ਦੋਸਤੋ, ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤਾਰਫ ਹੈ। ਇਨਸ਼ਾਅੱਲਾ ਹੁਣ ਤੁਹਾਨੂੰ ਕੋਈ ਨਵੀਂ ਵੀਡੀਓ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਜੀ, ਅਤੇ ਇਜਾਜ਼ਤ ਲੈਂਦੇ ਹਾਂ ਜੀ ਬਾਬੇ ਸਦੀ ਕੋਲੋਂ ਵੀ ਅਤੇ ਤੁਹਾਡੇ ਦੋਸਤਾਂ ਵੀਰਾਂ ਭਰਾਵਾਂ ਕੋਲੋਂ। ਇਨਸ਼ਾਅੱਲਾ ਨਵੀਂ ਵੀਡੀਓ ਲੈ ਕੇ ਜਲਦ ਤੋਂ ਜਲਦ ਹਾਜ਼ਰ ਹੋਵਾਂਗੇ। ਅਸਲਾਮੁਅਲੈਕੁਮ।